ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਚਨਾ ਸੇਵਕ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਦੇਸ਼ ਭਰ ਚ ਕੌਮੀ ਵੋਟਰ ਦਿਹਾੜੇ ਮੌਕੇ ਕਰਵਾਏ ਜਾ ਰਹੇ ਨੇ ਕਈ ਜਾਗਰੂਕਤਾ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੋਂ ਥੋੜੀ ਦੇਰ ਬਾਅਦ ਨਵ ಮತਦਾਤਾ ਸੰਮੇਲਨ ਨੂੰ ਕਰਨਗੇ ਸੰਬੋਧਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਨਾਲ ਰਾਜਸਥਾਨ ਦੇ ਜੈਪੁਰ ਵਿੱਚ ਦਵੱਲੇ ਸਬੰਧਾਂ ਬਾਰੇ ਕਰਨਗੇ ਵਿਚਾਰ ਵਟਾਂਦਰਾ ਗਣਤੰਤਰ ਦਿਵਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸੱਦੇ ਗਏ ਕਿਸਾਨ ਉਤਪਾਦਕ ਸੰਗਠਨਾ ਦੇ ਅਹੁਦੇਦਾਰਾਂ ਨਾਲ ਕੇਂਦਰੀ ਮੰਤਰੀ ਅਰਜੁਨ ਮੁੰਡਾ ਕਰਨਗੇ ਗੱਲਬਾਤ ਦੇਸ਼ੀ ਭਾਰਤ ਸੰਕਲਪ ਯਾਤਰਾ ਨੇ ਫਰੀਦਕੋਟ ਦੇ 246 ਪਿੰਡਾਂ ਆਮ ਲੋਕਾਂ ਤੇ ਯੋਗ ਪਾਤਰਿਆਂ ਨੂੰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ ਅਤੇ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਹైదరాబాద్ ਚ ਮੌਜੂਦਾ ਟੈਸਟ ਲੜੀ ਦਾ ਪਹਿਲਾ ਮੈਚ ਜਾਰੀ ਮਹਿਮਾਨ ਟੀਮ ਪਹਿਲਾਂ ਕਰ ਰਹੀ ਹੈ ਬੱਲੇਬਾਜ਼ੀ ਤੇ ਹੁਣ ਖਬਰਾਂ ਵਿਸਥਾਰ ਨਾਲ ਅੱਜ 14ਵਾਂ ਕੌਮੀ ਵੋਟਰ ਦਿਹਾੜਾ ਹੈ। ਹਰ ਸਾਲ 25 ਜਨਵਰੀ ਨੂੰ ਕੌਮੀ ਵੋਟਰ ਦਿਹਾੜੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਮੰਤਵ ਲੋਕਾਂ ਨੂੰ ਆਪਣੇ ਵੋਟ ਪਾਣ ਦੇ ਹੱਕ ਬਾਰੇ ਜਾਗਰੂਕ ਕਰਵਾਉਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਵੋਟਰ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਉਹਨਾਂ ਕਿਹਾ ਕਿ ਇਹ ਮੌਕਾ ਸਾਡੇ ਲੋਕਤੰਤਰ ਦੇ ਉਤਸਵ ਨੂੰ ਮਨਾਉਂਦਾ ਹੈ। ਉਹਨਾਂ ਹੁਣ ਤੱਕ ਆਪਣੀ ਵੋਟ ਨਾ ਬਣਾਉਣ ਵਾਲਿਆਂ ਨੂੰ ਵੀ ਛੇਤੀ ਤੋਂ ਛੇਤੀ ਵੋਟਰ ਦੇ ਤੌਰ ਤੇ ਰਜਿਸਟਰਡ ਹੋਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਹੁਣ ਤੋਂ ਥੋੜੀ ਦੇਰ ਬਾਅਦ ਨਵ ಮತਦਾਤਾ ਵੈਲ ਨੂੰ ਸੰਬੋਧਨ ਕਰਨਗੇ ਜਿਹੜਾ ਪਹਿਲੀ ਵਾਰੀ ਵੋਟ ਪਾਣ ਦੇ ਹੱਕ ਦੀ ਵਰਤੋਂ ਕਰਨ ਵਾਲਿਆਂ ਨੂੰ ਇੱਕ ਮੰਚ ਤੇ ਲੈ ਕੇ ਆਵੇਗਾ VOTER ਦਿਹਾੜੇ ਮੌਕੇ ਆਪਣੇ ਵੀਡੀਓ ਸੁਨੇਹੇ ਵਿੱਚ ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਇਸ ਸਾਲ 18ਵੀਂ ਲੋਕ ਸਭਾ ਲਈ ਹੋਣ ਵਾਲੀਆਂ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਭਾਰਤ ਨਿਯਮਚਨ ਆਯੂਕ ਦੀ ਸਥਾਪਨਾ 25 ਜਨਵਰੀ 1950 ਨੂੰ ਹੋਈ ਸੀ ਯਾਨੀ ਭਾਰਤ ਦੇ ਗਣਤੰਤਰ ਬਨਣ سے 1 ਦਿਨ ਪਹਿਲੇ और इसीलिए हम 25 जनवरी को राष्ट्रीय मतदाता दिवस मनाते हैं यह दिन मतदाताओं विशेषकर युवा मतदाताओं को प्रेरित और प्रोत्साहित करने का एक अवसर है क्योंकि युवा ही हमारे इस महान लोकतंत्र के मुख्य नायक हैं इस वर्ष का राष्ट्रीय मतदाता दिवस तो और भी अधिक खास है इस वर्ष 60 से अधिक लोकतांत्रिक देश अपने अपने देशों की सरकारों को चुनने के लिए ਜਨਮੀ ਭਾਗ ਲੇਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਦੇ ਜੈਪੁਰ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਅੱਜ ਸ਼ਾਮ ਦੁਵੱਲੀ ਮੀਟਿੰਗ ਕਰਨਗੇ ਵਿਚਾਰ ਵਟਾਂਦਰਾ ਦੌਰਾਨ ਭਾਰਤ-ਫਰਾਂਸ ਦੁਵੱਲੇ ਸਬੰਧਾਂ ਦੇ ਮਹੱਤਵਪੂਰਨ ਪਹਿਲੂਆਂ ਤੇ ਚਰਚਾ ਕੀਤੀ ਜਾਵੇਗੀ ਅਤੇ ਵੱਖ-ਵੱਖ ਪੌਸਿਆਸੀ ਚੁਣੌਤੀਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਰਾਸ਼ਟਰਪਤੀ ਮੈਕਰੋਂ ਬਾਅਦ ਦੁਪਹਿਰ ਜੈਪੁਰ ਪਹੁੰਚਣਗੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਦਾ ਸਵਾਗਤ ਕਰਨਗੇ ਇਸ ਤੋਂ ਬਾਅਦ ਦੋਵੇਂ ਆਗੂ ਜੰਤਰਮੰਤਰ ਹਵਾ ਮਹਿਲ ਅਤੇ ਐਲਬਰਟ ਹਾਲ ਮਿਊਜ਼ੀਅਮ ਸਮੇਤ ਸ਼ਹਿਰ ਦੇ ਸੱਭਿਆਚਾਰ ਤੇ ਇਤਿਹਾਸਿਕ ਮਹੱਤ ਪਿੰਕ ਸਿਟੀ ਵਿੱਚ ਆਪਣੇ 6 ਘੰਟੇ ਦੇ ਠਹਿਰਾਅ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਪਹਿਲਾਂ ਉਹਨਾਂ ਦੇ ਨਾਲ ਹੀ ਇੱਕ ਰੋਡ ਸ਼ੋਅਚ ਵੀ ਸ਼ਾਮਲ ਹੋਣਗੇ। ਫਰਾਂਸ ਦੇ ਰਾਸ਼ਟਰਪਤੀ ਇਸ ਸਾਲ ਦੀ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣ ਲਈ देर रात ਦਿੱਲੀ ਲਈ ਉਡਾਨ ਭਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਸਮਾਗਮ ਲਈ ਵਿਸ਼ੇਸ਼ ਤੌਰ ਤੇ ਸੱਦੇ ਗਏ ਕਿਸਾਨ ਉਤਪਾਦਕ ਸੰਗਠਨਾ ਦੇ ਅਧਿਦੇਦਾਰਾਂ ਨਾਲ ਗੱਲਬਾਤ ਕਰਨਗੇ ਸਰਕਾਰ ਨੇ ਸਾਲ 2020 ਵਿੱਚ 6865 ਕਰੋੜ ਰੁਪਏ ਦੇ ਬਜਟ ਨਾਲ 10000 ਕਿਸਾਨ ਉਤਪਾਦਕ ਸੰਗਠਨਾ ਦੇ ਗਠਨ ਅਤੇ ਤਰੱਕੀ ਲਈ ਕੇਂਦਰੀ ਸੈਕਟਰ ਯੋਜਨਾ ਸ਼ੁਰੂ ਕੀਤੀ ਸੀ ਇਸ ਸੰਗਠਨ ਕਿਸਾਨਾਂ ਨੂੰ ਮੰਡਕਰਨ ਬਾਰੇ ਪੈਮਾਨੇ ਦੀ ਆਰਥਿਕਤਾ ਦਾ ਲਾਭ ਲੈਣ ਉਤਪਾਦਨ ਦੀ ਲਾਗਤ ਘਟਾਉਣ ਅਤੇ ਆਪਣੀ ਆਮਦਨ ਵਧਾਉਣ ਦੇ ਯੋਗ ਬਣਾਉਣਗੇ ਇਸ ਸਕੀਮ ਤਹਿਤ ਹਰੇਕ ਸੰਸਥਾ ਨੂੰ 3 ਸਾਲਾਂ ਲਈ 8 1.4 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮਮਾਰਾਜਪੁੱਜੀ ਜ਼ਿਲ੍ਹਾ ਫਰੀਦਕੋਟ ਚ 22 ਨਵੰਬਰ ਤੋਂ ਸ਼ੁਰੂ ਹੋਈ ਇਸ ਯਾਤਰਾ ਨੇ ਜ਼ਿਲ੍ਹੇ ਦੇ 246 ਪਿੰਡਾਂ ਵਿੱਚ ਆਮ ਲੋਕਾਂ ਤੇ ਯੋਗ ਪਾਤਰੀਆਂ ਨੂੰ ਕੇਂਦਰ ਸਰਕਾਰ ਦੀਆਂ 17 ਲੋਕ ਭਲਾਈ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਇਸ ਰਾਨ ਯੋਗ ਪਾਤਰੀਆਂ ਨੂੰ ਮੌਕੇ ਤੇ ਹੀ ਲਾਭ ਦੇਣ ਵਾਸਤੇ ਜਾਗਰੂਕਤਾ ਪੈਨਾ ਰਹੀ ਆਯੂਸ਼ਮਾਨ ਕਾਰਡ ਮਨਰੇਗਾ ਕਾਰਡ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫਾਰਮ ਭਰੇ ਗਏ ਨੇ ਅਤੇ ਕੇਂਦਰ ਦੀਆਂ ਯੋਜਨਾ ਸਕੀਮਾਂ ਬਾਰੇ ਵੀ ਵੱਧ ਤੋਂ ਵੱਧ ਯੋਗ ਪਾਤਰੀਆਂ ਨੂੰ ਮੌਕੇ ਤੇ ਹੀ ਲਾਭ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਇਸ ਵਿਕਸਿਤ ਸੰਕਲ ਪਿੰਡ ਪੂਜਨ ਤੇ ਕਰਵਾਇਗਾ ਇਸਮਾਪਤੀ ਸਮਾਗਮ ਚ ਕੇਂਦਰੀ ਸਿੱਖਿਆ ਵਿਭਾਗ ਦੇ ਜੁਆਇੰਟ ਡਾਇਰੈਕਟਰ ਅਮਨਪ੍ਰੀਤ ਕੌਰ ਦੁੱਗਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਉਹਨਾਂ ਪਿੰਡ ਦੇ ਲੋਕਾਂ ਨਾਲ ਗੱਲ ਕਰਦਿਆਂ ਯਾਤਰਾ ਦੀ ਜ਼ਮੀਨੀ ਹਕੀਕਤ ਬਾਰੇ ਵਿਚਾਰ ਵਟਾਂਦਰਾ ਕੀਤਾ ਪਿੰਡ ਵਾਸੀਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਜਿਹੜੇ ਯੋਗ ਪਾਤਰਿਆਂ ਨੂੰ ਇਹਨਾਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ ਉਹਨਾਂ ਨੇ ਕੇਂਦਰ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਲੋਕਾਂ ਨੂੰ ਅਵੇਅਰ ਕਰਵਾਣਾ ਤੇ ਜਿਹੜੇ ਜਿਹੜੇ ਲੋਕ ਲਾਭ ਨਹੀਂ ਲੈ ਸਕੇ ਨੇ ਉਹਨਾਂ ਨੂੰ ਉਹਨਾਂ ਸਕੀਮਾਂ ਦਾ ਲਾਭ ਦਵਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਜਿਹੜੇ ਲੋਕਾਂ ਨੂੰ ਬੇਨਫਿਟ ਮਿਲਿਆ ਹੈ ਸਕੀਮਸ ਦਾ ਉਹਨਾਂ ਦੀ ਜ਼ੁਬਾਨੀ ਦੱਸਿਆ ਜਾਂਦਾ ਹੈ ਪਿੰਡਾਂ ਦੇ ਲੋਕਾਂ ਨੂੰ ਕਿ ਉਹਨਾਂ ਨੂੰ ਕੀ ਕੀ ਲਾਭ ਹੋਇਆ ਫੋਰ ਇੰਸਟੈਂਸ ਅੱਜ ਵੀ ਇੱਥੇ ਦੱਸਿਆ ਗਿਆ ਕਿ ਪੀਐਮ ਆਵਾਸ ਯੋਜਨਾ ਪੀਐਮ ਮਾਤਰਵੰਦਨਾ ਯੋਜਨਾ ਤੇ ਆਯੂਸ਼ਮਾਨ ਭਾਰਤ ਇਹ ਸਭ ਸਕੀਮਾਂ ਦਾ ਲਾਭ ਕੀ ਕੀ ਹੋਇਆ ਲੋਕਾਂ ਨੂੰ ਉਹਨਾਂ ਨੇ ਆਪਣੀ ਆਪਣੀ ਜ਼ੁਬਾਨੀ ਦੱਸਿਆ ਮੇਰੀ ਕਹਾਣੀ ਮੇਰੀ ਜ਼ੁਬਾਨੀ ਸਿਰਲੇਖ ਹੀਟ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨੇ ਆਪਣੇ ਮਨ ਦੀ ਗੱਲ ਵੀ ਮੌਕੇ ਤੇ ਹਾਜ਼ਰ ਲੋਕਾਂ ਨਾਲ ਸਾਂਝੀ ਕੀਤੀ ਮੋਦੀ ਸਰਕਾਰ ਪੀਐਮ ਯਾ ਵੀ ਸਕੀਮ ਯੋਜਨਾ ਚਲਾਈ ਸੀ ਉਹਦੇ ਵਿੱਚ ਮੈਨੂੰ ਪੂਰਾ ਪੂਰਾ ਲਾਭ ਮਿਲਿਆ ਹੈ ਮੈਂ ਮੋਦੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ 10,70,000 ਰਾਸ਼ਨ ਕਾਰਡ ਲਾਪਾਤਰੀਆਂ ਦੇ ਲਾਭ ਬਹਾਲ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਲੋਕ ਜਨਤਕ ਵੰਡ ਪ੍ਰਣਾਲੀ ਤਹਿਤ ਵੰਡੇ ਜਾ ਰਹੇ ਰਾਸ਼ਨ ਦਾ ਲਾਭ ਲੈ ਸਕਣ ਇਸ ਬਾਰੇ ਫੈਸਲਾ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਕਾਰਡ ਤਸਦੀਕ ਕਰਨ ਦੀ ਪ੍ਰਕਿਰਿਆ ਦੌਰਾਨ 3 ਲੱਖ ਕਾਰਡ ਕੱਟੇ ਗਏ ਸਨ ਜਿਸ ਕਾਰਨ 10,70,000 ਰਾਸ਼ਨ ਕਾਰਡ ਲਾਪਾਤਰੀ ਇਸ ਦੇ ਲਾਭਾਂ ਤੋਂ ਵਾਂਝੇ ਹੋ ਗਏ ਨੇ ਵਡੇਰੇ ਜਨਤਕ ਹਿੱਤ ਵਿੱਚ ਮੰਤਰੀ ਮੰਡਲ ਇਹ ਕਾੜ ਬਹਾਲ ਕਰਨ ਦਾ ਫੈਸਲਾ ਲਿਆ ਹੈ ਇਸ ਫੈਸਲੇ ਦੇ ਤਹਿਤ ਇਹ ਸਾਰੇ ਲਾਭਪਾਤਰੀ ਜਨਤਕ ਵੰਡ ਪ੍ਰਣਾਲੀ ਤਹਿਤ ਵੰਡੇ ਜਾ ਰਹੇ ਰਾਸ਼ਨ ਦਾ ਲਾਭ ਅਤੇ ਸੂਬਾ ਸਰਕਾਰ ਵੱਲੋਂ ਘਰ-ਘਰ ਰਾਸ਼ਨ ਪੰਚਾਇਨ ਲਈ ਸ਼ੁਰੂ ਕੀਤੀ ਜਾ ਰਹੀ ਸਕੀਮ ਦਾ ਫਾਇਦਾ ਉਠਾ ਸਕਣਗੇ ਮੰਤਰੀ ਮੰਡਲ ਨੇ ਅਧਿਆਪਕਾਂ ਲਈ ਨਵੀਂ ਅਤੇ ਪਾਰਦਰਸ਼ੀ ਤਬਾਦਲਾ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਸੂਬੇ ਦੇ ਵੈਟਲੈਂਡਸ ਵਿੱਚ ਇਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਇਸ ਨਾਲ ਸਥਾਨਕ ਪੱਧਰ ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਇਸ ਤੋਂ ਇਲਾਵਾ ਵਾਤਾਵਰਨ ਸੰਤੁਲਨ ਨੂੰ ਕਾਇਮ ਰੱਖਣ 'ਚ ਵੀ ਮਦਦ ਮਿਲੇਗੀ ਪੰਜਾਬ ਰਾਜ ਵੈਟਲੈਂਡਸ ਅਥਾਰਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਜੰਗਲੀ ਖੇਤਰਾਂ ਵਿੱਚ ਮਾਈਨਿੰਗ ਤੇ ਸ਼ਕਤੀ ਨਾਲ ਨਕੇਲ ਕੱਸਣ ਦੇ ਵੀ ਹੁਕਮ ਦਿੱਤੇ ਮੰਤਰੀ ਨੇ ਦੱਸਿਆ ਕਿ ਜੈਵਿਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵੈਟਲੈਂਡਸ ਨੂੰ ਬਚਾਉਣ ਲਈ ਚਲਾਈ ਗਈ ਮੁਹ ਲੈਂਡਸ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 414 ਕੁਦਰਤੀ ਅਤੇ 967 ਮਨੁੱਖ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਸੈਰਸਪਾਟਾ ਮੰਤਰੀ ਅਨਮੋਲ ਗਗਨ ਮਾਨਵਲੋ ਸਪੇਨ ਦੇ ਸ਼ਹਿਰ ਮੈਦ੍ਰਿਡ ਵਿੱਚ ਚੱਲ ਰਹੇ ਕੁਮਾਂਤਰੀ ਫਟੂਰ ਸੈਰਸਪਾਟਾ ਸੰਮੇਲਨ ਵਿੱਚ ਸ਼ਿਰਕਤ ਕੀਤੀ ਗਈ ਸੈਰਸਪਾਟਾ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਰਾਜ ਦੇ ਵਫ਼ਦ ਨੇ ਇਸ ਸੈਰਸਪਾਟਾ ਸੰਮੇਲਨ ਵਿੱਚ ਸ਼ਿਰਕਤ ਕੀਤੀ ਹੈ ਸੰਮੇਲਨ ਦੇ ਪਹਿਲੇ ਦਿਨ ਭਾਰਤੀ ਪਵੇਲੀਅਨ ਦਾ ਉਦਘਾਟਨ ਅਨਮੋਲ ਗਗਨ ਮਾਨਵਲੋ ਕੀਤਾ ਗਿਆ ਇਸ ਮੌਕੇ ਪਾਰਾਦੇ ਸਪੇਨ ਵਿੱਚ ਸਫੀਰ ਦਿਨੇਸ਼ ਕੇ ਪਾਠਕ ਵੀ ਹਾਜ਼ਰ ਰਹੇ ਸੰਮੇਲਨ ਦੌਰਾਨ ਅਨਮੋਲ ਗਗਨ ਮਾਨਵਲੋ ਵੱਖ-ਵੱਖ ਦੇਸ਼ਾਂ ਦੇ ਸੈਰਸਪਾਟਾ ਸਨਤ ਨਾਲ ਜੁੜੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਪੰਜਾਬ ਦੱਸਿਆ ਕਿ ਪੰਜਾਬ ਕੋਲ ਖੂਬਸੂਰਤ ਦਰਿਆ ਜੰਗਲ ਪਹਾੜ ਅਤੇ ਵੱਖ-ਵੱਖ ਮੌਸਮਾ ਵਾਲਾ ਪੌਣ ਪਾਣੀ ਹੈ ਇਸ ਤੋਂ ਇਲਾਵਾ ਸਿੱਖ ਧਰਮ ਅਤੇ ਇਤਿਹਾਸ ਦੇ ਸਭ ਤੋਂ ਵੱਧ ਮਹੱਤਵਪੂਰਨ ਸਥਾਨ ਵੀ ਪੰਜਾਬ ਵਿੱਚ ਹੀ ਨੇ ਉਹਨਾਂ ਸੈਰਸਪਾਟੇ ਸਨਤ ਨਾਲ ਜੁੜੇ ਲੋਕਾਂ ਨੂੰ ਦੱਸਿਆ ਕਿ ਸਰਦ ਰੁੱਤ ਵਿੱਚ ਪੂਰੀ ਦੁਨੀਆ ਤੋਂ ਪੰਛੀ ਵੀ ਪੰਜਾਬ ਵਿੱਚ ਸਭ ਤੋਂ ਵੱਧ ਆਉਂਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਜਨਵਰੀ ਨੂੰ ਪਰਿਕਸ਼ਾ 'ਤੇ ਚਰਚਾ ਦੀ 7ਵੀਂ ਕੜੀ ਦੌਰਾਨ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਪਰਿਕਸ਼ਾ 'ਤੇ ਚਰਚਾ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ ਇਸ ਪ੍ਰੋਗਰਾਮ ਨੂੰ ਲੈ ਕੇ ਅਧਿਆਪਕ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਨਾਲ ਜੋੜਨ ਲਈ ਪ੍ਰੇਰਿਤ ਕਰ ਰਹੇ ਨੇ ਕਿਉਂਕਿ ਉਹ ਜੋ ਐਸਐਸ ਮਾਗਮ ਦੌਰਾਨ ਪ੍ਰਧਾਨ ਮੰਤਰੀ ਸਲਾਨਾ ਪ੍ਰੀਖਿਆ ਨੂੰ ਤਣਾਅ ਮੁਕਤ ਬਣਾਉਣ ਲਈ ਨੁਕਤੇ ਸਮਝਾਉਂਦੇ ਨੇ ਜਿਸ ਨਾਲ ਵਿਦਿਆਰਥੀ ਇਸ ਨੂੰ ਇੱਕ ਉਤਸਵ ਦੇ ਤੌਰ ਤੇ ਦੇਖਦੇ ਨੇ ਪਰਿਕਸ਼ਾ 'ਤੇ ਚਰਚਾ ਇੱਕ ਬਹੁਤ ਹੀ ਅੱਛਾ ਇਨੀਸ਼ੀਏਟਿਵ ਲਿਆ ਗਿਆ ਹੈ जो कि हमारे ऑनरेबल प्राइम मिनिस्टर नरेंद्र मोदी जी ने लिया है परीक्षा पर चर्चा मेरे लिए बहुत ही बेनिफिशियल रहा है क्योंकि इससे मुझे बहुत से फायदे हुए हैं अब मैं बहुत ही ज्यादा कॉन्फिडेंट हो गई हूँ और अपनी परीक्षाएं बहुत ही अच्छी तरीके से और बिना किसी डर के दे पा रही हूँ मैं अपने प्रधानमंत्री द्वारा हर साल ऑर्गेनाइज किए जाए इवेंट परीक्षा से चर्चा के बारे कुछ कहना चाहनी हूँ यह इवेंट साढ़े विद्यार्थियों लिए बहुत ही लाभदायक है ਇਹ ਸਾਡੇ ਪ੍ਰਧਾਨ ਮੰਤਰੀ ਦਾ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਤੇ ਇਹ ਮੇਰੇ ਲਈ ਵੀ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਸਾਬਤ ਹੋਇਆ ਹੈ ਕਿਉਂਕਿ ਮੈਂ ਵੀ ਹੁਣ ਇਸ ਐਗਜ਼ਾਮੀਨੇਸ਼ਨ ਫੀਅਰ ਤੋਂ ਸਫਰ ਨਹੀਂ ਕਰਦਾ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਮੌਜੂਦਾ ਪੰਜ ਮੈਚਾਂ ਦੀ ਟੈਸਟ ਲੜਾਈ ਦਾ ਪਹਿਲਾ ਮੈਚ ਹైదరాబాద్ 'ਚ ਖੇਡਿਆ ਜਾ ਰਿਹਾ ਹੈ ਮਹਿਮਾਨ ਟੀਮ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਗਿਆ ਖਬਰਾਂ ਲਿਖੇ ਜਾਣ ਤੱਕ ਇੰਗਲੈਂਡ ਨੇ ਬਿਨਾਂ ਕਿਸੇ ਨੁਕਸਾਨ ਦੇ 41 ਦੌੜਾਂ ਬਣਾ ਲਈਆਂ ਸਨ ਮੋਕੇ ਬਾਅਦ ਚੈਂਪੀਅਨ ਮੈਰੀ ਕੌਮ ਨੇ ਕਿਹਾ ਹੈ ਕਿ ਉਹਨਾਂ ਅਜੇ ਤੱਕ ਸਨਿਆਸ ਦਾ ਕੋਈ ਐਲਾਨ ਨਹੀਂ ਕੀਤਾ ਉਹਨਾਂ ਦੇ ਬਾਰੇ ਵਿੱਚ ਗਲਤ ਹਵਾਲੇ ਨਾਲ ਖਬਰ ਫੈਲਾਈ ਜਾ ਰਹੀ ਹੈ ਮੀਡੀਆ ਰਿਪੋਰਟਾਂ ਨੂੰ ਝੂਠ ਦੱਸਦੇ ਹੋਣਾਂ ਕਿਹਾ ਕਿ ਮੈਂ ਜਦੋਂ ਵੀ ਸਨਿਆਸ ਲਵਾਂਗੀ ਤਾਂ ਨਿੱਜੀ ਤੌਰ ਤੇ ਮੀਡੀਆ ਸਾਹਮਣੇ ਆ ਕੇ ਇਸ ਦਾ ਐਲਾਨ ਕਰਾਂਗੀ ਅਸਾਮ ਦੇ ਡਿਬਰੂਗੜ੍ਹ ਵਿੱਚ 24 ਜਨਵਰੀ ਨੂੰ ਹੋਏ ਇੱਕ ਸਕੂਲੀ ਸਮਾਗਮ ਦਾ ਹਵਾਲਾ ਦਿੰਦੇ ਹੋਣਾਂ ਕਿਹਾ ਕਿ ਇਸ ਰਾਨ ਉਹਨਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਆ ਇਹ ਹੀ ਕਿਹਾ ਸੀ ਕਿ ਮੇਰੇ ਚਾਹੇ ਵੀ ਖੇਡਾਂ ਦੇ ਖੇਤਰ ਵਿੱਚ ਨਵੀਆਂ ਪ੍ਰਾਪਤੀਆਂ ਹਾਸਲ ਕਰਨ ਦੀ ਭੁੱਖ ਹੈ ਪਰ 올림픽 ਵਿੱਚ ਉਮਰ ਦੀ ਹੱਦ ਮੈਨੂੰ ਇਸ ਵਿਕਾਰੀ ਮੁਕਾਬਲੇ खबर के बुलेटिन साशक आर एम यू डी डी के जलंधर के यूट्यूब चैनल फेसबुक पेज और सोशल मीडिया प्लेटफॉर्म एक्स से भी देख सकते हैं